ਵੀਰ ਸਿੰਘ ਰਾਜੇ ਵਾਲਿਆ ਆ ਜਾ, ਚੰਗਾ ਰਹੇਗਾ ਨਹੀਂ ਤੂੰ ਜੁੱਤੀ ਬਹੁਤ ਪੈਣੀ ਬਾਅਦ ਚ। ਰਾਜੇ ਵਾਲਿਆ ਬਲਵੀਰ ਸਿੰਘ ਉਹ ਬੰਦਾ ਏਜੰਸੀਆਂ ਦਾ, ਪਹਿਲਾਂ ਵੀ ਉਹ ਵਿਕਿਆ ਸੀ, ਜੇ ਨਾ ਵਿਕਿਆ ਹੁੰਦਾ ਐਮ ਐਸ ਪੀ ਅਸੀਂ ਲੈ ਕੇ ਗਰੰਟੀ ਉੱਠਣਾ ਸੀ। ਉੱਧਰ ਹੀ ਲੜਾਈ ਲੱਗਦੀ ਹੈ ਜੇ ਅੱਜ ਨਾ ਇਹਨਾਂ ਚੌਧਰ ਛੱਡ ਕੇ ਇਹਨਾਂ ਪੰਜਾਬ ਦੇ ਵਿੱਚ ਇਹੋ ਜਿਹਾ ਛਿੱਤਰ ਪੈਣਾ ਯਾਦ ਕਰਨਗੇ ਅਸੀਂ। ਕਿੱਥੇ ਕਿਤੇ ਪੰਧੇਰ ਦੀ ਲੜਾਈ ਦੌੜਾ ਵਾ ਅਤੇ ਚਾਹੇ ਇੱਥੇ ਡਲੇਵਾਲ ਦੀ ਲੜਾਈ ਆ, ਇਹ ਸਾਰੇ ਦੇਸ਼ ਦੀ ਲੜਾਈ ਆ। ਹੁਣ ਜੇ ਸਾਨੂੰ ਮੰਨ ਲਓ ਇਹਨਾਂ ਨਾਲ ਨਹੀਂ ਬਣਦੀ, ਅਸੀਂ ਵੀ ਕਹਿ ਦਿੰਦੇ ਨਹੀਂ ਬਣਦੀ, ਥੋੜ੍ਹੇ ਰਸਤੇ ਆ ਉਹਨਾਂ ਦੇ ਆਣ ਕੇ ਖੜ੍ਹੇ ਹੋਣ, ਪਤਾ ਲੱਗੇ ਕਿ ਇਹ ਦੇਸ਼ ਦੇ ਨਾਲ ਆ। ਜੇ ਅੱਜ ਘਰਾਂ 'ਚ ਬੜੇ ਰਹੇ ਅਤੇ ਫਿਰ ਇਹਨਾਂ ਨੂੰ ਘਰਾਂ 'ਚੋਂ ਕਿਸੇ ਨੇ ਨਿਕਲ ਨਹੀਂ ਦੇਣਾ, ਇਹ ਆਗੂ ਜਿਹੜੇ ਖਤਮ ਹੋ ਜਾਣਗੇ। ਕਹਿੰਦੇ ਕਹਿੰਦੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਕਹਿੰਦੇ ਅਸੀਂ ਆਪਣੇ ਆਪ ਕਿਵੇਂ ਚਲੇ। ਚੱਲ ਅਸੀਂ ਮੈਂ ਅਸੀਂ ਦਿੰਦੇ ਸੱਦਾ, ਅਸੀਂ ਦਿੰਦੇ ਸੁਣਾ ਦਿੰਦੇ ਹੱਥ ਜੋੜ ਕੇ, ਆ ਲਓ ਪੈਰੀ ਹੱਥ ਲਾ ਦਈਏ ਇਹਨਾਂ ਦੀ, ਆ ਜਾਓ ਡੱਲੇ ਵਾਲੇ ਦੇ ਮੁੰਡੇ ਦਾ ਵਿਆਹ ਤਰਿਆ, ਆ ਜਾਓ ਡੱਲੇ ਵਾਲੇ ਦੇ ਮੁੰਡੇ ਦਾ ਵਿਆਹ ਥੋੜ੍ਹਾ ਤਰਿਆ ਵਾ ਕਿ ਅੱਜ ਮਨਾਉਣਾ ਅਸੀਂ, ਚਾਹੇ ਪੰਧੇਰ ਦੇ ਮੁੰਡਿਆਂ ਦਾ ਚਾਹੇ ਇਹਨਾਂ ਦੇ ਮੁੰਡਿਆਂ ਦੇ ਵਿਆਹ ਵਾ, ਅੱਜ ਨਹੀਂ ਮਨਾਉਣਾ, ਅੱਜ ਤੁਹਾਨੂੰ ਤੁਹਾਡੀ ਲੋੜ ਆ, ਪੰਜਾਬ ਨੂੰ ਨਹੀਂ ਦੇਸ਼ ਨੂੰ ਲੋੜ ਆ। ਮੈਂ ਇੰਟਰਵਿਊ ਕੀਤੇ ਧਨੇਰ, ਕਹਿੰਦੇ ਕਿ ਇਸ ਅੰਦੋਲਨ ਦੀ ਕਹਿੰਦੇ ਹੁਲੀਆ ਹੀ ਕਹਿੰਦੇ ਵਿਗੜਿਆ ਹੋਇਆ, ਕਹਿੰਦੇ ਜੇ ਅਸੀਂ ਚੱਲੇ ਗਏ ਤਾਂ ਜਿੰਮਾ ਸਾਡੇ ਉੱਤੇ ਆ ਜਾਊਗਾ ਕਿ ਅਸੀਂ ਹੁਲੀਆ ਵੀ। ਜਾਂ ਮੈਂ ਪੰਧੇਰ ਸਾਹਿਬ ਦੀ ਜ਼ਿੰਮੇਵਾਰੀ ਲੈਣੀ ਨਾ ਡੱਲੇ ਵਾਲਾ ਸਾਹਿਬ ਦੀ, ਮੈਂ ਲਈ ਨਾ ਜ਼ਿੰਮੇਵਾਰੀ, ਅਸੀਂ ਪਿਛਾਹ ਹੋ ਜਾਂਦੇ ਹਾਂ, ਇਹ ਗਾੜੀ ਆਣ ਕੇ ਨਾ ਗੱਲ ਵੀ ਕਰ ਲੈਣ, ਕਰ ਲੈ ਕੋਈ ਕਰਨ ਦੀ, ਘਰ ਬੈਠਿਆ ਨਹੀਂ ਕੁਛ ਵੀ ਹੋਣਾ ਜੀ। ਉਹਨੀ ਕੁੱਟ ਲਿਆ ਫਿਰ ਕੀ ਹੋ ਗਿਆ, ਜੇ ਸਾਡੇ ਉੱਤੇ ਗੋਲੀਆਂ ਮਾਰਤੀਆਂ ਬੰਬ ਸੁੱਟਤਾ ਇਹਨਾਂ ਨੇ ਕੋਈ ਨਵੇਂ ਕਰਨਾ, ਜਿੱਦਣ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀਆਂ ਲੋਹਾਂ ਦੇ ਚੌਂਕੜੇ ਮਰਵਾਏ ਆ, ਇਹਨਾਂ ਲੋਕਾਂ ਨੇ ਮਰਵਾਏ, ਉਹੀ ਲੋਕ ਅੱਜ ਵੀ ਨਾਮ ਰੱਖਿਆ ਇਹਨਾਂ ਨੇ 26 ਨੂੰ ਮਹਾਂਪੰਚਾਇਤ ਕਰਨ ਦਾ ਦਿੱਲੀ ਜਾ ਕੇ, ਉਹਨੂੰ ਕਿਵੇਂ? 26 ਤੇ ਲੰਘ ਗਈ ਆ ਜੀ, 26 ਤਰੀਕ ਲੰਘ ਗਈ, ਅਗਲੇ ਮਹੀਨੇ ਦੀ ਮਾਰਚ ਦੇ ਵਿੱਚ ਰੱਖ, ਉਦੋਂ ਕੀ ਕਰਨਾ ਇਹਨਾਂ ਨੇ, ਉਦੋਂ ਕੀ ਕਰਨਾ, ਉਦੋਂ ਤੇ ਚੋਣ ਜਾਬਤਾ ਲੱਗਾ ਹੋਣਾ, ਉਦੋਂ ਤੇ ਇਹ ਟਾਈਮ ਲਗਾਉਂਦੇ ਆ, ਇਹਨਾਂ ਨੂੰ ਬਹੁਤ ਕੁੱਟ ਪੈ ਜਾਣੀ, ਮੈਂ ਮਜ਼ਾਕ ਨਹੀਂ ਕਰਨ ਆ। ਇਸ ਵੇਲੇ ਅਸੀਂ ਠੀਕ ਸ਼ੰਭੂ ਬਾਰਡਰ ਦੇ ਸਰਹੱਦ ਦੇ ਉੱਤੇ ਖੜ੍ਹੇ ਹੋਏ ਹਾਂ, ਹਾਲਾਂਕਿ ਤੁਸੀਂ ਜੇ ਪੁਲਿਸ ਮੁਲਾਜ਼ਮਾਂ ਵਾਲੇ ਪਾਸੇ ਵੇਖੋਗੇ ਤਾਂ ਉੱਧਰ ਵੀ ਹੁਣ ਤੁਹਾਨੂੰ ਤਸਵੀਰ ਸ਼ਾਂਤ ਨਜ਼ਰ ਆਊਗੀ। ਹਾਲਾਂਕਿ ਲਗਾਤਾਰ ਉਹ ਪਹਿਲੇ ਦਿਨਾਂ ਦੇ ਵਿੱਚ ਜ਼ਰੂਰ ਐਕਸ਼ਨ ਦੇ ਵਿੱਚ ਰਹਿੰਦੇ ਸੀ, ਅਥਰੂ ਗੈਸ ਦੇ ਗੋਲੇ ਦਾਗਦੇ ਰਹਿੰਦੇ ਸੀ, ਪਰ ਹੁਣ ਉੱਧਰਲੇ ਪਾਸੋਂ ਵੀ ਤਸਵੀਰ ਜਿਹੜੀ ਆ ਉਹ ਸ਼ਾਂਤੀ ਭਰੀ ਹੀ ਨਜ਼ਰ ਆ ਰਹੀ ਹੈ। ਦੋਵੇਂ ਪਾਸੋਂ ਹੀ ਜੇਕਰ ਗੱਲ ਕਰੀਏ ਤਾਂ ਦੋਵੇਂ ਪਾਸੇ ਹੀ ਜੋ ਪੁਲਿਸ ਫੋਰਸਿਸ ਨੇ ਉਹ ਵੀ ਗਿਣਤੀ ਵੀ ਥੋੜ੍ਹੀ ਉਹਨਾਂ ਦੀ ਘਟਦੀ ਹੋਈ ਨਜ਼ਰ ਆਈ ਹੈ, ਔਰ ਨਾਲ ਹੀ ਤਸਵੀਰਾਂ ਵੀ ਜਿਹੜੀਆਂ ਨੇ ਉਹ ਕੁਛ ਸ਼ਾਂਤੀ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਔਰ ਇੱਧਰਲੇ ਪਾਸੇ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਆਪਣੇ ਅਲੱਗ ਅਲੱਗ ਜੋ ਪ੍ਰੋਗਰਾਮ ਉਹਨਾਂ ਦੇ ਆਗੂਆਂ ਨੇ ਦਿੱਤੇ ਹੋਏ ਨੇ, ਜੋ ਉਹਨਾਂ ਦੇ ਆਗੂਆਂ ਨੇ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਪ੍ਰੋਗਰਾਮਾਂ ਦੀ ਉਹਨਾਂ ਦੇ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ, ਉਹ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਜਿਸ ਤਰੀਕੇ ਨਾਲ ਪਹਿਲਾਂ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਕੈਂਡਲ ਮਾਰਚ ਰੱਖੀ ਜਾਣੀ ਹੈ, ਕੈਂਡਲ ਮਾਰਚ ਕੱਢੀ ਗਈ, ਫਿਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਡਬਲਿਊ ਟੀ ਓ ਦੇ ਉੱਤੇ ਕਨਵੈਨਸ਼ਨ ਹੁੰਦੀ ਹੈ, ਡਬਲਿਊ ਟੀ ਓ ਦੇ ਪੁਤਲੇ ਫੂਕੇ ਜਾਂਦੇ ਨੇ, ਅੱਜ ਇੱਕ ਵੱਖਰੇ ਤਰੀਕੇ ਦੇ ਨਾਲ ਜੋ ਵੀ ਇੱਥੇ ਅੰਦੋਲਨ ਦੇ ਵਿੱਚ ਲੋਕ ਪਹੁੰਚੇ ਹੋਏ ਨੇ, ਜਿਹੜੇ ਕੁਛ ਗੀਤਾਂ ਦੇ ਰਾਹੀਂ ਕੁਛ ਲੋਕ ਬੋਲੀਆਂ ਦੇ ਰਾਹੀਂ ਜਾਂ ਕਹਿ ਲਓ ਕਿ ਕੁਛ ਜੁਝਾਰੂ ਗੀਤਾਂ ਦੇ ਰਾਹੀਂ ਇਸ ਅੰਦੋਲਨ ਦੇ ਵਿੱਚ ਆਪਣੇ ਆਪਣਾ ਯੋਗਦਾਨ ਪਾ ਰਹੇ ਨੇ। ਔਰ ਦੂਸਰੇ ਪਾਸੇ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਵੀ ਉਸੇ ਤਰੀਕੇ ਦੇ ਨਾਲ ਸ਼ੰਭੂ ਮੋਰਚੇ ਦੇ ਵਿੱਚ ਲਗਾਤਾਰ ਪਹੁੰਚ ਰਹੇ ਨੇ। ਸ਼ੰਭੂ ਮੋਰਚੇ ਦੇ ਵਿੱਚ ਲੋਕਾਂ ਦੀ ਜਿਹੜੀ ਸ਼ਮੂਲੀਅਤ ਹੈ ਉਸੇ ਤਰੀਕੇ ਨਾਲ ਬਰਕਰਾਰ ਹੈ, ਔਰ ਕਿਸਾਨ ਆਗੂ ਜਿਹੜੇ ਨੇ ਉਹ ਆਪਣੀਆਂ ਮੀਟਿੰਗਾਂ ਦਾ ਦੌਰ ਉਹਨਾਂ ਦਾ ਲਗਾਤਾਰ ਜਾਰੀ ਹੈ, ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਮੀਟਿੰਗਾਂ ਦੇ ਬਾਅਦ 29 ਤਰੀਕ ਨੂੰ ਕੀ ਰੂਪਰੇਖਾ ਤਿਆਰ ਕੀਤੀ ਜਾਣੀ ਹੈ, ਕੀ ਰੂਪਰੇਖਾ ਰਹੇਗੀ ਉਸ ਦੇ ਉੱਤੇ ਜੋ ਇਹ ਮੀਟਿੰਗਾਂ ਦੇ ਵਿੱਚ ਚਰਚਾ ਜਿਹੜੀ ਆ ਲਗਾਤਾਰ ਜਾਰੀ ਹੈ, ਕਿਉਂਕਿ 21 ਤਰੀਕ ਵਾਲੀ ਘਟਨਾ ਤੋਂ ਬਾਅਦ ਦਿੱਲੀ ਜਾਣ ਦੀ ਕਾਲ ਜਿਹੜੀ ਸੀ ਉਹ
ਰੋਕ ਦਿੱਤੀ ਗਈ ਸੀ। ਔਰ ਦੂਸਰੇ ਪਾਸੇ ਜੇ ਦਿੱਲੀ ਦੀ ਗੱਲ ਕਰੀਏ ਜਾਂ ਹਰਿਆਣੇ ਤੋਂ ਹੁੰਦੇ ਹੋਏ ਰਾਹਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਰਵਿਸ ਲੇਨ ਜਿਹੜੀਆਂ ਨੇ ਉਹ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸ਼ੰਭੂ ਤੋਂ ਬਾਅਦ। ਜੇ ਸਿੰਘੂ ਦੀ ਬਾਰਡਰ ਗੱਲ ਕਰੀਏ ਜਾਂ ਟਿੱਕਰੀ ਬਾਰਡਰ ਦੀ ਗੱਲ ਕਰੀਏ ਤਾਂ ਉਹ ਰਸਤੇ ਸਰਵਿਸ ਲੇਨ ਜਿਹੜੇ ਨੇ ਉਹ ਕਈ ਖੋਲ੍ਹਣੇ ਸ਼ੁਰੂ ਕਰ ਦਿੱਤੇ ਸੀ, ਇੰਟਰਨੈਟ ਸੇਵਾਵਾਂ ਹਰਿਆਣੇ ਦੇ ਵਿੱਚ ਬਹਾਲ ਹੋ ਚੁੱਕੀਆਂ ਨੇ। ਔਰ ਪੰਜਾਬ ਦੇ ਖਨੌਰੀ ਬਾਰਡਰ ਦੀ ਗੱਲ ਕਰ ਲਈਏ ਜਾਂ ਫਿਰ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ, ਖਨੌਰੀ ਬਾਰਡਰ ਦੇ ਉੱਤੇ ਵੀ ਕਿਸਾਨ ਜੋ ਨੇ ਉਹ ਸ਼ੁਭਕਰਨ ਦੇ ਸੰਸਕਾਰ ਦਾ ਅਜੇ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਉਸਦੀ ਜੋ ਮ੍ਰਿਤਕ ਦੇਹ ਆ ਉਹ ਰਜਿੰਦਰਾ ਹਸਪਤਾਲ ਦੇ ਮੋਰਚਰੀ ਘਰ ਦੇ ਵਿੱਚ ਹੀ ਪਈ ਹੋਈ ਆ, ਉੱਥੇ ਹੀ ਉਸਦੀ ਮ੍ਰਿਤਕ ਦੇਹ ਨੂੰ ਰੱਖਿਆ ਹੋਇਆ ਕਿਉਂਕਿ ਕਿਸਾਨਾਂ ਦਾ ਕਹਿਣਾ ਕਿ ਜਦ ਤੱਕ ਪਰਚਾ ਦਰਜ ਨਹੀਂ ਹੁੰਦਾ ਅਸੀਂ ਸੰਸਕਾਰ ਨਹੀਂ ਕਰਦੇ ਹਾਂ। ਤਾਂ ਇੱਕ ਮੋਰਚਾ ਇੱਕ ਤਰੀਕੇ ਦਾ ਜਿਹੜਾ ਪ੍ਰੋਟੈਸਟ ਆ ਉਹ ਰਜਿੰਦਰਾ ਹਸਪਤਾਲ ਦੇ ਬਾਹਰ ਵੀ ਚੱਲ ਰਿਹਾ, ਕਿਸਾਨ ਉੱਥੇ ਧਰਨਾ ਦੇ ਰਹੇ ਨੇ, ਉਹਨਾਂ ਦੇ ਵੱਲੋਂ ਉੱਥੇ ਉਹਦੀ ਮ੍ਰਿਤਕ ਦੇਹ ਦੇ ਵਾਸਤੇ ਲਗਾਤਾਰ ਪਹਿਰੇ ਲਗਾਏ ਗਏ ਨੇ, ਉੱਥੇ ਪਹਿਰਾਬੰਦੀ ਜਿਹੜੀ ਆ ਉਹ ਕੀਤੀ ਜਾਂਦੀ ਆ। ਔਰ ਦੂਸਰੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਵੀ ਕਿਸਾਨਾਂ ਦੇ ਜਿਹੜੇ ਕੁਛ ਵਾਹਨ ਨੁਕਸਾਨੇ ਗਏ ਸੀ ਉਹਨਾਂ ਦੀ ਭਰਪਾਈ ਕਰਨ ਦੇ ਲਈ ਕੁਛ ਵੀਰ ਹੁਣ ਅੱਗੇ ਸਾਹਮਣੇ ਆ ਰਹੇ ਨੇ। ਇੱਕ ਹਿੰਦੂ ਪਰਿਵਾਰ, ਇੱਕ ਹਿੰਦੂ ਵੀਰਾਂ ਦਾ ਜੋ ਗਰੁੱਪ ਹੈ ਅਗਰਵਾਲ ਕਿਸਾਨ ਸਭਾ ਦਾ, ਤਾਂ ਉਹ ਆਇਆ, ਉਹਨਾਂ ਨੇ ਆ ਕੇ ਉਹਨਾਂ ਕਿਸਾਨਾਂ ਦਾ ਜੋ ਭਰਪਾਈ ਆ ਉਹ ਕੀਤੀ ਹੈ। ਔਰ ਸ਼ੰਭੂ ਬਾਰਡਰ ਦੇ ਉੱਤੇ ਜ਼ਰੂਰ ਲੋਕ ਸੇਵਾ ਲੈ ਕੇ ਪਹੁੰਚ ਰਹੇ ਨੇ, ਲੰਗਰਾਂ ਦੀ ਸੇਵਾ ਇਹਨਾਂ ਦੇ ਵੱਲੋਂ ਇੱਥੇ ਪਹੁੰਚਾਈ ਜਾ ਰਹੀ ਹੈ। ਤਾਂ ਇੱਥੇ ਤੁਸੀਂ ਵੇਖੋਗੇ ਲੋਕ ਜਿਹੜੇ ਨੇ ਉਹ ਦੋਵੇਂ ਹੀ ਜਿਹੜੀ ਹੱਦਬੰਦੀ ਕੀਤੀ ਹੋਈ ਹੈ ਉਸੇ ਹੱਦਬੰਦੀ ਦੇ ਉੱਤੇ ਇਸ ਤਰੀਕੇ ਦੇ ਨਾਲ ਇੱਥੇ ਰੋਜ਼ ਆ ਕੇ ਖੜ੍ਹੇ ਹੁੰਦੇ ਨੇ। ਇਹਨਾਂ ਦੇ ਵੱਲੋਂ ਆ ਕੇ ਇੱਥੇ ਹੀ ਖੜ੍ਹ ਕੇ ਹੀ ਜੋ ਤੀਜਾ ਨੇ ਉਸਨੂੰ ਓਬਜ਼ਰਵ ਕੀਤਾ ਜਾਂਦਾ ਔਰ ਇੰਤਜ਼ਾਰ ਕੀਤਾ ਜਾਂਦਾ ਕਿ ਕਿਸਾਨ ਆਗੂ ਇਹਨਾਂ ਦੇ ਕੀ ਕੌਲ ਦੇਣਗੇ। ਕੀ ਕਹਿਣਾ ਚਾਹੋਗੇ ਜੀ? ਕਿਸਾਨ ਆਗੂ ਕਹਿ ਰਹੇ ਨੇ ਕਿ ਅਜੇ ਮੀਟਿੰਗਾਂ ਦਾ ਦੌਰ ਜਾਰੀ ਰਹੂਗਾ, ਉਸ ਤੋਂ ਬਾਅਦ ਫੈਸਲਾ ਹੋਊਗਾ ਕਿ ਅੱਗੇ ਦਾ ਫੈਸਲਾ ਕੀ ਲੈਣਾ। ਆਪਣੇ ਜੋ 26 ਤਰੀਕ ਤੋਂ ਚਾਲੂ ਹੋਇਆ ਵਾ ਆਬੂ ਧਾਬੀ ਦਾ ਮੀਟਿੰਗ ਹੋਇਆ, WTO ਦਾ ਜਿਹੜਾ ਮਤਲਬ ਭਾਰਤ ਤੋਂ ਬਾਹਰ ਆਵੇ ਉਹਦੇ ਸੰਬੰਧ ਵਿੱਚ ਮੀਟਿੰਗ ਹੋ ਰਹੀ ਆਬੂ ਧਾਬੀ, ਅਤੇ ਉਹਦੇ ਸੰਬੰਧ ਵਿੱਚ ਕਾਫੀ ਲੋਕ ਰੋਸ ਵਾਸਤੇ ਆਬੂ ਧਾਬੀ ਮਤਲਬ ਬਹੁਤ ਦੁਨੀਆ 'ਤੇ ਪਹੁੰਚੀ ਆ ਰੋਸ ਵਾਸਤੇ। ਇੱਥੇ ਵੀ ਇਹੋ ਰੋਸ ਹੁੰਦਾ, ਕੱਲ੍ਹ ਵੀ ਜਿਹੜਾ ਮਤਲਬ WTO ਦੇ ਪੁਤਲੇ ਫੂਕੇ ਅਤੇ ਉਹ ਪੁਤਲੇ ਜਿਹੜੇ ਫੂਕੇ ਗਏ ਇਸੇ WTO ਦੇ ਵਿੱਚ ਵੀ ਭਾਰਤ ਤੋਂ ਬਾਹਰ ਆਵੇ, ਜੋ ਕਿ ਇਹਦੀ ਨੀਤੀ ਜਿਹੜੀ ਆ WTO ਦੀ ਬਹੁਤ ਖਤਰਨਾਕ ਨੀਤੀ ਆ, ਭਾਰਤ ਵਾਸਤੇ ਮਾੜੀ ਆ। ਅਸੀਂ ਨਹੀਂ ਚਾਹੁੰਦੇ WTO ਇੱਥੇ ਭਾਰਤ ਵਿੱਚ ਆਵੇ ਅਤੇ ਆਪਣੀਆਂ ਨੀਤੀਆਂ ਲੈ ਕੇ ਅਤੇ ਸਾਡੇ ਪੰਜਾਬ ਦਾ ਬੇੜਾ ਗਰਕ ਕਰੇ, ਸਾਡੀਆਂ ਜਿਹੜਾ ਮਤਲਬ ਜ਼ਮੀਨਾਂ ਜਿਹੜੀਆਂ ਖੋਹ ਕੇ ਮਤਲਬ ਉਹ ਕਾਰਪੋਰੇਟ ਦਿੱਤੀਆਂ ਹਨ, ਅਸੀਂ ਉਹਦੇ ਮਤਲਬ ਆਪਣੀ ਜਿਹੜੀ ਮੀਟਿੰਗ ਚੱਲਣ ਰਹੀ ਆ 26 ਦੇ 27 28 29 ਦੀ ਆ, ਇਹਦੇ ਬਾਅਦ 'ਚ ਮਤਲਬ ਸਾਡੇ ਜਿਹੜੇ ਆਗੂ ਕੀ ਮਤਲਬ ਸਟੈਪ ਚੁੱਕਦੇ, ਅਗਲੇ ਬਾਅਦ ਕੀ ਐਕਸ਼ਨ ਲੈਂਦੇ ਆ ਉਹਦੇ ਬਾਰੇ ਉਹਨਾਂ ਕੋਲ ਬਾਅਦ ਉਹ ਦੱਸਣਗੇ। ਹਾਂਜੀ, ਹਾਲਾਂਕਿ ਸਭ ਦਾ ਹੁਣ ਇੰਤਜ਼ਾਰ ਇਹੀ ਹੈ ਕਿ ਬਾਕੀ ਜਥੇਬੰਦੀਆਂ ਕਦੋਂ ਆ ਕੇ ਰਲਣਗੀਆਂ, ਕਦੋਂ ਨਾਲ ਆ ਕੇ ਸਾਥ ਦੇਣਗੀਆਂ। ਕੀ ਲੱਗਦਾ ਬਾਕੀ ਜਥੇਬੰਦੀਆਂ ਨੂੰ ਆਉਣਾ ਚਾਹੀਦਾ? ਬਿਲਕੁਲ ਜੀ, ਅਸੀਂ ਆਪਣੇ ਇਹਨਾਂ ਸਾਡੇ ਆਗੂਆਂ ਨੇ ਜਿਹੜੇ ਮੋਤਵਾਰ ਜਿਹੜੇ ਆਗੂ ਆ ਜਿਹੜੇ ਕਮਾਂਡਰ ਆ ਇਹਨਾਂ ਨੇ ਸੱਦਾ ਦਿੱਤਾ ਸਾਰਿਆਂ ਨੂੰ ਵੀ ਜਿੰਨੇ ਵੀ ਜਿਹੜੇ ਜਥੇਬੰਦੀਆਂ ਜਿਹੜੀਆਂ ਨਾਲ ਮਤਲਬ ਇਸ ਵਕਤ ਜਿਹੜਾ ਵਾ ਅਸਲ ਵਿੱਚ ਇੱਕਮੁੱਠ ਹੋ ਕੇ ਚੱਲਣ ਦਾ ਵਾ, ਕਿਉਂਕਿ ਪੰਜਾਬ ਦਾ ਵਾ ਮਸਲਾ ਵਾ, ਇਹ ਸਾਰੇ ਭਾਰਤ ਦਾ ਮਸਲਾ ਵਾ, ਇਹ ਸਾਡਾ ਫਰਜ਼ ਬਣਦਾ ਵਾ ਕੋਈ ਵੀ ਕੋਈ ਗੁੱਸਾ ਨਾਰਾਜ਼ਗੀ ਨਾ ਕਰੇ। ਸੋ ਮਤਲਬ ਕਿਸੇ ਨੂੰ ਇਹ ਨਹੀਂ ਆਖਿਆ, ਮੈਨੂੰ ਨਹੀਂ ਆਖਿਆ, ਉਹਨੂੰ ਆਖਿਆ, ਇਹਦੇ ਵਿੱਚ ਸੁਨੇਹਾ ਦੇਣ ਦਾ ਕੋਈ ਮਤਲਬ ਨਹੀਂ ਹੈਗਾ, ਇਹ ਲੜਾਈ ਆ ਜਿਹੜੀ ਹੱਕ ਸੱਚ ਦੀ ਲੜਾਈ ਆ, ਸਾਡੇ ਆਉਣ ਵਾਲੇ ਭਵਿੱਖ ਦੀ ਲੜਾਈ ਆ, ਅਤੇ ਸਾਡਾ ਫਰਜ਼ ਬਣਦਾ ਸਾਡੇ ਪੰਜਾਬ ਦਾ ਜਿੰਨੀਆਂ ਵੀ ਜਥੇਬੰਦੀਆਂ ਇੱਕਮੁੱਠ ਹੋ ਕੇ ਫਿਰ ਲੜਨਾ ਚਾਹੀਦਾ ਵਾ। ਕੀ ਕਹਿਣਾ ਚਾਹੋਗੇ, ਨੌਜਵਾਨ ਕੀ ਸੋਚਦੇ ਨੇ ਕਿਉਂਕਿ ਪਹਿਲਾਂ ਨੁਕਸਾਨ ਹੋ ਚੁੱਕਿਆ, 21 ਤਰੀਕ ਨੂੰ ਨੌਜਵਾਨ ਦੀ ਮੌਤ ਹੋ ਜਾਂਦੀ ਹੈ, ਤਾਂ ਹੁਣ ਕੀ ਸੋਚ ਸਮਝ ਕੇ ਹੀ ਫੈਸਲਾ? ਨਹੀਂ, ਸੋਚ ਸਮਝ ਕੇ ਲੈਣਾ ਚਾਹੀਦਾ ਫੈਸਲਾ, ਆਗੂਆਂ ਦੀ ਗੱਲ ਮੰਨਣੀ ਚਾਹੀਦੀ ਆ। ਬਾਕੀ ਦੂਸਰੀ ਗੱਲ ਆ ਨੁਕਸਾਨ ਦੀ ਗੱਲ ਆ, ਇਹ ਤਾਂ ਸ਼ੁਰੂ 'ਚੋਂ ਲੈ ਕੇ ਜਦੋਂ ਬੰਦ ਕਟਵਾਉਣ ਤੋਂ ਲੈ ਕੇ ਖੋਪੜੀਆਂ ਲਵਾਉਣ ਤੱਕ ਸ਼ਹੀਦੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਤੀਆਂ ਲਹੂਆਂ ਦੇ ਚੌਂਕੜੇ ਮਾਰ ਲਿਆ, ਇਹ ਤਾਂ ਪ੍ਰਤੀਤ ਆ ਪਿਆਰ ਦਾ। ਕੋਈ ਗੱਲ ਨਹੀਂ, ਸ਼ਹੀਦੀਆਂ ਦੀ ਨਹੀਂ ਸਾਨੂੰ ਕੋਈ ਪਰਵਾਹ, ਜਿੰਨੀਆਂ ਮਰਜ਼ੀ ਹੋ ਜਾਣ, ਪਰ ਇਸ ਟਾਈਮ 'ਤੇ ਦੇਸ਼ ਨੂੰ ਬਚਾਉਣਾ ਜ਼ਰੂਰੀ ਆ। ਸ਼ਹੀਦੀਆਂ ਆਪਾਂ ਪੰਜਾਬ ਸਾਡਾ ਜਿੰਨੀਆਂ ਮਰਜ਼ੀ ਸ਼ਹੀਦੀਆਂ ਦੇ ਸ਼ਹੀਦ ਹੋਣਾ ਜ਼ਰੂਰੀ ਆ, ਜੇ ਸ਼ਹੀਦ ਸਾਡੇ ਅਸੀਂ ਵਾਰਸ ਹੀ ਸ਼ਹੀਦਾਂ ਦੇ ਹਾਂ।
ਅਸੀਂ ਇਹ ਆਉਂਦੇ ਹਾਂ ਕਿ ਪੂਰੇ ਦੇਸ਼ ਨੂੰ ਬਚਾਉਂਦੇ ਹਾਂ। ਪੰਜਾਬ ਦੀ ਗੱਲ ਨਹੀਂ ਅੱਜ ਕਿ ਇੱਕ ਪੰਜਾਬ ਦੀ ਇਕੱਲੇ ਦੀ ਗੱਲ ਆ, ਅਸੀਂ ਦੇਸ਼ ਨੂੰ ਜਗਾਉਣ ਵਾਸਤੇ ਇੱਥੇ ਬੈਠੇ ਹਾਂ। ਅਸੀਂ ਆਉਂਦੇ ਹਾਂ ਕਿ ਦੇਸ਼ ਉੱਠ ਜੇ, ਹਿੰਦੂ ਵੀ ਉੱਠੇ, ਪੰਜਾਬੀ ਵੀ ਉੱਠੇ, ਮੁਸਲਮਾਨ ਵੀ ਉੱਠੇ, ਕਿਉਂਕਿ ਸਾਰਿਆਂ ਦਾ ਦੇਸ਼ ਆ। ਅਤੇ ਜੇ ਇਹਨਾਂ ਨੇ, ਇਹਨਾਂ ਦੀਆਂ ਨੀਤੀਆਂ ਨੇ ਸਾਰੇ ਦੇਸ਼ ਨੂੰ ਤਬਾਹ ਕਰ ਦੇਣਾ ਵਾ, ਇਹੋ ਜਿਹੀਆਂ ਨੀਤੀਆਂ ਮੋਦੀ ਦੀਆਂ ਵਾ। ਅਤੇ ਇਹ ਅਡਾਨੀ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਤੁਹਾਡੇ ਆਗੂ ਨੇ, ਜਿਹੜੇ ਐਸ ਕੇ ਐਮ ਦੇ ਆਗੂ ਨੇ, ਉਹੀ ਨਹੀਂ ਉੱਠ ਰਹੇ, ਉਹੀ ਨਹੀਂ ਨਾਲ ਆ ਕੇ ਚੱਲ ਰਹੇ, ਦੇਸ਼ ਤਾਂ ਕਿਵੇਂ? ਜਿਹੜਾ ਰਾਜੇਵਾਲ ਆ ਬਲਵੀਰ ਸਿੰਘ ਆ, ਚਲੋ ਅਸੀਂ ਉਹ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ, ਉਹ ਬੰਦਾ ਏਜੰਸੀਆਂ ਦਾ, ਪਹਿਲਾਂ ਵੀ ਉਹ ਵਿਗਿਆ ਸੀ, ਜੇ ਨਾ ਵਿਗਿਆ ਹੁੰਦਾ ਐਮ ਐਸ ਪੀ ਅਸੀਂ ਲੈ ਕੇ ਗਰੰਟੀ ਉੱਠਣਾ ਸੀ। ਪੰਨੂ ਪੰਧੇਰ ਦੀ ਪਾਰਟੀ ਪਹਿਲਾਂ ਵੀ ਗੜੀ ਸੀ, ਹੁਣ ਮਾਝੇ ਤੋਂ ਉੱਠ ਗਿਆ ਆ। ਜਦੋਂ ਵੀ ਕਿਤੇ ਵੀ ਇਤਿਹਾਸ, ਕਿਸੇ ਦੇ ਉੱਤੇ ਇਲਜ਼ਾਮ ਤਾਂ ਨਹੀਂ ਲਗਾ ਸਕਦੇ ਕੋਈ ਬਿਨਾਂ ਤਰਕ ਤੋਂ, ਅਸੀਂ ਇਲਜ਼ਾਮ ਨਹੀਂ ਲਾਉਂਦੇ। ਨੌਜਵਾਨ ਜਿੰਨੀ ਆਗੂ ਆ, ਆਗੂਆਂ ਦੇ ਮਗਰ ਟੀਮਾਂ ਉੱਠਣ ਨੂੰ ਤਿਆਰ ਆ, ਆ ਕੇ ਇਹ ਸਿਨਾ ਦੇਣ ਨਹੀਂ ਦੇ। ਇੱਥੇ ਕਿਤੇ ਪੰਧੇਰ ਦੀ ਲੜਾਈ ਥੋੜ੍ਹਾ ਵਾ, ਅਤੇ ਚਾਹੇ ਇੱਥੇ ਡਲੇਆਲ ਦੀ ਲੜਾਈ ਆ, ਇਹ ਸਾਰੇ ਦੇਸ਼ ਦੀ ਲੜਾਈ ਆ। ਹੁਣ ਜੇ ਸਾਨੂੰ ਮੰਨ ਲਓ ਇਹਨਾਂ ਨਾਲ ਨਹੀਂ ਬਣਦੀ, ਅਸੀਂ ਵੀ ਕਹਿ ਦਿੰਦੇ ਨਹੀਂ ਬਣਦੀ, ਥੋੜ੍ਹੇ ਰਸਤੇ ਆ, ਉਹਨਾਂ ਦੇ ਆਣ ਕੇ ਖੜ੍ਹੇ ਹੋਣ, ਪਤਾ ਲੱਗੇ ਕਿ ਇਹ ਦੇਸ਼ ਦੇ ਨਾਲ ਆ, ਫਿਰ ਹੀ ਲੱਗੂ। ਜੇ ਅੱਜ ਘਰਾਂ 'ਚ ਵੜੇ ਰਹੇ ਤਾਂ ਫਿਰ ਇਹਨਾਂ ਨੂੰ ਘਰਾਂ 'ਚੋਂ ਕਿਸੇ ਨੇ ਨਿਕਲ ਨਹੀਂ ਦੇਣਾ, ਇਹ ਆਗੂ ਜਿਹੜੇ ਖਤਮ ਹੋ ਜਾਣਗੇ। ਅਸੀਂ ਇਹਨਾਂ ਦੇ ਕਰੀ ਅਪੀਲ ਕਰਦੇ ਹਾਂ, ਅਸੀਂ ਜੋੜ ਕੇ ਬੇਨਤੀ ਕਰਦੇ ਹਾਂ ਕਿ ਭਰਾਓ ਆ ਜਾਓ, ਅੱਜ ਤੁਹਾਡੀ ਵੀ ਲੋੜ ਆ। ਬਹੁਤ ਆਗੂ ਤਾਂ ਇਹ ਵੀ ਗੱਲ ਕਹਿ ਰਹੇ ਸੀ ਕਿ ਅਸੀਂ ਉਸ ਅੰਦੋਲਨ ਦੇ ਵਿੱਚ ਜਾਣਾ ਨਹੀਂ ਚਾਹੁੰਦੇ। ਯਾਰ ਧਨੇਰ ਦਾ ਮੈਂ ਬਿਆਨ ਸੁਣਿਆ, ਧਨੇਰ ਦੀ ਮੈਂ ਇੰਟਰਵਿਊ ਕੀਤੀ, ਧਨੇਰ ਕਹਿੰਦੇ ਕਿ ਇਸ ਅੰਦੋਲਨ ਦੀ ਕਹਿੰਦੇ ਹੁਲੀਆ ਹੀ ਕਹਿੰਦੇ ਵਿਗੜਿਆ ਹੋਇਆ, ਕਹਿੰਦੇ ਜੇ ਅਸੀਂ ਚਲੇ ਗਏ ਤਾਂ ਜਿੰਮਾ ਸਾਡੇ ਉੱਤੇ ਆਜੂਗਾ ਕਿ ਅਸੀਂ ਹੁਲੀਆ ਵਿਗਾ। ਨਹੀਂ, ਪੰਧੇਰ ਹੋਣੀ ਬਹੁਤ ਵਧੀਆ, ਧਨੇਰ ਮਨਜੀਤ ਧਨੇਰ ਉਹਨਾਂ ਦਾ ਬਿਆਨ। ਅੱਛਾ, ਅਸੀਂ ਜੇ ਉਹ ਇੱਥੇ ਨਹੀਂ ਆਉਣਾ ਚਾਹੁੰਦੇ ਤਾਂ ਕਿੰਨੇ ਬਾਰਡਰ ਆ ਹਰਿਆਣੇ ਦੇ, ਦਿੱਲੀ ਦੇ, ਉੱਥੇ ਆਉਣ। ਉਹ 14 ਤਰੀਕ ਦੀ ਕਿਉਂ ਕਾਲ ਦਿੰਦੇ ਆ ਇੰਨੀ ਲੇਟ, ਕਿਉਂ? ਚੋਣ ਜਾਬਤਾ ਲੱਗ ਜੂਗਾ ਬਾਅਦ 'ਚ, ਹੁਣ ਹੁਣ ਮੈਦਾਨ ਦੇ ਵਿੱਚ ਹੁਣ ਉਹਨਾਂ ਦੀ ਲੋੜ ਆ। ਅਸੀਂ ਹੱਥ ਜੋੜ ਕੇ ਤੁਹਾਡੇ ਰਾਹੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਆ ਜਾਓ, ਚੰਗੇ ਰਹੋਗੇ, ਨਹੀਂ ਤਾਂ ਕੱਲ੍ਹ ਨੂੰ ਤੁਹਾਡੇ ਦਾ ਪੱਕਾ ਇਲਜ਼ਾਮ, ਪੱਕੀ ਮੋਹਰ ਲੱਗ ਜਾਣੀ ਕਿ ਇਹ ਸਰਕਾਰੀ ਬੰਦੇ ਆ। ਅੱਜ ਆ ਜਾਣਾ ਅਤੇ ਕੋਈ ਨਹੀਂ, ਭਰਾਵਾਂ ਦੇ ਵਿੱਚ ਲੜਾਈਆਂ ਨਹੀਂ ਹੁੰਦੀਆਂ, ਦੋ ਭਰਾ ਵੀ ਲੜਦੇ ਆ, ਉਹਨਾਂ ਦੇ ਵਿੱਚ ਝਗੜਾ ਹੁੰਦਾ ਵਾ। ਅੱਜ ਦੀ ਲੜਾਈ ਜਿਹੜੀ ਪੰਜਾਬ ਦੀ ਲੜਾਈ ਲੜ ਲਾਂਗੇ ਬਹਿ ਗਏ, ਅੱਜ ਦੇਸ਼ ਦੀ ਲੜਾਈ ਲੜੋ, ਆ ਜਾਓ ਮੈਦਾਨ ਦੇ ਵਿੱਚ। ਮੰਨੋ ਜੇ ਇੱਧਰ ਨਹੀਂ ਆਉਣਾ, ਮੰਨ ਲਓ ਮੋਰਚੇ ਕਿੰਨੇ ਮੋਰਚੇ ਹਰਿਆਣੇ ਨਾਲ ਲੱਗਦੇ ਆ, ਦੋ ਤਿਆਰ, ਮਤਲਬ ਪਤਾ ਲੱਗੇ ਕਿ ਇਹ ਵਾਕਈ ਸਾਡੇ ਨਾਲ ਆ, ਇਹ ਕਿਸਾਨਾਂ ਦੇ ਹੱਕ 'ਚ ਨਹੀਂ, ਇਹਨਾਂ ਦੀ ਆਪਦੀ ਲੀਡਰ ਪੁਣਿਆਂ ਦੇ ਹੱਕ 'ਚ ਆ। ਜੇ ਨਾ ਅੱਜ ਵੀ ਆਏ, ਉੱਧਰ ਵੀ ਲੜਾਈ ਲੱਗਦੀ ਹੈ, ਜੇ ਅੱਜ ਨਾ ਆਏ ਇਹਨਾਂ ਚੌਧਰ ਛੱਡ ਕੇ, ਇਹਨਾਂ ਪੰਜਾਬ ਦੇ ਵਿੱਚ ਇਹੋ ਜਿਹਾ ਛਿੱਤਰ ਪੈਣਾ, ਯਾਦ ਕਰਨਗੇ। ਅਸੀਂ ਇਹ ਨਹੀਂ ਆਉਂਦੇ ਕਿ ਪਾਰਟੀ ਵੱਲੋਂ ਆਉਂਦੇ, ਚਾਹੇ ਝੰਡੇ ਵੱਲੋਂ ਆਉਂਦੇ, ਚਾਹੇ ਕਿਸੇ ਵੱਲੋਂ ਆਉਂਦੇ, ਅਸੀਂ ਆਉਂਦੇ ਉਹ ਕਿੰਨੇ ਬਾਰਡਰ ਆ, ਮੰਨ ਲਓ ਜਾ ਆਣ ਕੇ ਆ ਜਾਓ, ਆ ਜਾਓ ਰਾਜੇਵਾਲ ਸਾਹਿਬ, ਆ ਜਾਓ, ਆ ਜਾ, ਅੱਜ ਤੇਰੀ ਇੱਤ ਰਹਿ ਜੂਗੀ, ਨਹੀਂ ਤਾਂ ਬਾਅਦ ਦੇ ਵਿੱਚ ਤੇਰੀ ਇੱਤ ਨਹੀਂ ਰਹਿਣੀ। ਇੱਕ ਮੈਂ ਬੇਨਤੀ ਅੰਗਰਾਹ ਸਾਹਿਬ ਨੂੰ ਕਰਦਾ, ਜਗਿੰਦਰ ਸਿੰਘ ਨੂੰ, ਬੜਾ ਵਧੀਆ ਲੀਡਰ ਆ ਤੂੰ, ਨਾ ਇਹਨਾਂ ਦੇ ਮਗਰ ਲੱਗ, ਹੱਥ ਜੋੜ ਕੇ ਬੇਨਤੀ ਆ ਤੇਰੇ, ਕਿਹੜੀ ਜਗ੍ਹਾ ਮੰਨ ਲਾ, ਇੱਕ ਬਾਰਡਰ ਮੰਨ ਲਾ ਆਣ ਕੇ, ਮੰਨ ਲਾ ਤੂੰ ਬੰਦਾ ਵਧੀਆ ਵਾ। ਇਹ ਇਹਨਾਂ ਨੂੰ ਲੋਕਾਂ ਨੇ ਏਜੰਸੀਆਂ ਦੇ ਬੰਦੇ ਕਹਿਣੇ ਕਹਿਣਾ, ਤੂੰ ਆ ਜਾ ਤੇਰੇ ਕਿਹੜੀ ਹੱਥ ਜੋੜ ਕੇ ਮਹਿੰਦੀ, ਆ ਜਾ ਮੈਦਾਨ 'ਚ ਆ ਜਾਓ, ਜੇ ਤੁਸੀਂ ਵੀ ਆ ਜਾਓ ਭੁੱਲ ਹੋ ਜਾਂਦੀ ਆ ਕੋਈ, ਚਲੋ ਜੇ ਆਪ ਸਾਡੇ ਨਾਲ ਕੋਈ ਝਗੜਾ ਵਾ, ਚਾਹੇ ਪੰਧੇਰ ਨਾਲ ਝਗੜਾ ਵਾ, ਚਾਹੇ ਡੱਲੇਵਾਲ ਨਾਲ ਝਗੜਾ ਵਾ, ਉਹ ਬਾਅਦ ਦੇ ਵਿੱਚ ਆਪਾਂ ਨਿਬੇੜ ਲਾਂਗੇ, ਘਰ ਦੇ ਵਿੱਚ ਬਹਿ ਕੇ ਨਿਬੇੜਾਂਗੇ। ਅੱਜ ਤਾਂ ਦੁਸ਼ਮਣ ਨਾਲ ਲੜਾਈ ਆ, ਦੇਸ਼ ਨੂੰ ਬਚਾਉਣ ਦੀ ਲੜਾਈ ਆ, ਕਿਤੇ ਡੱਲੇਵਾਲ ਦੇ ਮੁੰਡੇ ਦਾ ਵਿਆਹ ਥੋੜ੍ਹਾ ਧਰਿਆ ਵਾ ਕਿ ਅੱਜ ਮਨਾਉਣ ਆਉਣਾ ਅਸੀਂ, ਚਾਹੇ ਪੰਧੇਰ ਦੇ ਮੁੰਡਿਆਂ, ਚਾਹੇ ਇਹਨਾਂ ਦੇ ਮੁੰਡਿਆਂ ਦੇ ਵਿਆਹ ਵਾ, ਅੱਜ ਨਹੀਂ ਮਨਾਉਣਾ, ਅੱਜ ਤੁਹਾਨੂੰ ਤੁਹਾਡੀ ਲੋੜ ਆ, ਪੰਜਾਬ ਨੂੰ ਨਹੀਂ ਦੇਸ਼ ਨੂੰ ਲੋੜ ਆ, ਅਤੇ ਦੇਸ਼ ਵਾਸਤੇ ਆ ਜਾਓ, ਚੰਗੇ ਰਹੋਗੇ, 14 ਤਰੀਕ ਨਾ ਡੀਕੋ, ਨਹੀਂ ਤਾਂ ਤੁਹਾਨੂੰ ਕੁੱਟ ਵੜੀ ਪੈਣੀ ਆ ਬਾਅਦ 'ਚ ਨਾ ਮੈਨੂੰ ਕਿਹਾ। ਕਹਿੰਦੇ ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ, ਕਹਿੰਦੇ ਅਸੀਂ ਆਪਣੇ ਆਪ ਕਿਵੇਂ ਚੱਲ, ਅਸੀਂ ਦਿੰਦੇ ਸੱਦਾ, ਅਸੀਂ ਦਿੰਦੇ ਸੁਨਾ, ਦਿੰਦੇ ਹੱਥ ਜੋੜ ਕੇ, ਆ ਲਓ ਪੈਰੀ ਹੱਥ ਲਾ ਦਈਏ ਇਹਨਾਂ ਦੀ, ਆ ਜਾਓ, ਆ ਜਾਓ ਡੱਲੇ ਵਾਲੇ ਦੇ ਮੁੰਡੇ ਦਾ ਵਿਆਹ ਤੇਰੇ, ਆ ਜਾਓ,
ਆ ਜਾਓ, ਦੇਖਦੀ ਨਹੀਂ ਆ, ਦੱਸੋ ਦੇਸ਼ ਵਾਸਤੇ ਆਉਣਾ ਤੁਸੀਂ, ਦੱਲੇਵਾਲ ਵਾਸਤੇ ਆਉਣਾ, ਦੱਸੋ ਕਮਲੀ ਕਿਆ ਮਾਰੀ ਜਾਂਦੇ ਤੁਸੀਂ, ਐਵੇਂ ਸਦਾਈ ਬਣਾਇਆ ਲੋਕਾਂ ਨੂੰ ਮੂਰਖ ਨਾ ਬਣਾਓ, ਆਣ ਕੇ ਰਾਹ ਵਾਧੂ ਆ, ਬਾਰਡਰ ਵਾਧੂ, ਮੰਨ ਲਓ ਆਣ ਕੇ ਚੰਗੇ ਰਹੋਗੇ। ਬੱਚਿਆਂ ਦੀ ਲੜਾਈ ਆ, ਭਵਿੱਖ ਦੀ ਲੜਾਈ ਆ, ਉਹਨਾਂ ਦੇ ਬੱਚੇ ਨਹੀਂ ਹੈਗੇ ਜਿਹੜੇ ਕਹਿਣ ਡੇ ਸਾਨੂੰ ਸੱਦਿਆ ਨੀਗਾ, ਇਹ 'ਚ ਸੱਦਣ ਵਾਲੀ ਗੱਲ ਤਾਂ ਹੈ ਹੀ ਕੋਈ ਨੀ ਗੀ, ਲੜਾਈ ਸਾਡੇ ਬੱਚਿਆਂ ਦੀ ਭਵਿੱਖ ਦੀ ਲੜਾਈ ਆ। ਹਾਂਜੀ ਹਾਂ, MSP ਇਹਨਾਂ ਨੂੰ ਨਹੀਂ ਚਾਹੀਦੀ, ਚਾਹੇ ਤਾਂ ਫਿਰ ਲਿਖ ਕੇ ਦੇ ਦੇਣ, ਇਹ ਸਾਨੂੰ ਨਹੀਂ ਚਾਹੀਦੀ। ਜਿਹੜੇ ਇਹ ਜਿਹੜੇ ਸਾਡੇ ਪ੍ਰੋਟੈਸਟ ਕਰਨ ਦਾ ਤਰੀਕਾ ਵੱਖਰਾ, ਅਸੀਂ ਆਪਣੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਕਹਿੰਦੇ ਪ੍ਰੋਟੈਸਟ, ਅਸੀਂ ਵੀ ਸ਼ਾਂਤ, ਇੱਕ ਮਿੰਟ, ਅਸੀਂ ਸ਼ਾਂਤਮਈ ਨਾ ਕਰੀਤਾ ਵਾ, ਜੇ ਹੁਣ ਸਾਡੇ ਉੱਤੇ ਉੱਦਾਂ ਬੰਬ ਸੁੱਟੀ ਜਾਣ, ਸਾਨੂੰ ਉੱਦਾਂ ਗੋਲੀਆਂ ਮਾਰੀ ਜਾਣ, ਸਾਨੂੰ 315 ਦੇ ਫਾਇਲ ਮਾਰੀ ਜਾਣ, ਅਤੇ ਇਹ ਅਸੀਂ ਹੱਥ, ਅਸੀਂ ਫਿਰ ਵੀ ਹੱਥ ਜੁੜੇ। ਦਿੱਲੀ 'ਚ ਮਹਾਂਪੰਚਾਇਤ ਰੱਖ ਲਈ ਇਹਨਾਂ ਨੇ, ਕਹਿੰਦੇ ਦਿੱਲੀ 'ਚ ਮਹਾਂਪੰਚਾਇਤ ਕਰਾਂਗੇ। ਕੋਈ ਪਹਿਲੋਂ ਤਾਂ ਉਹਦਾ ਜਵਾਬ ਲੈ ਲਓ, ਇਹਨਾਂ ਫੌਜੀਆਂ ਦੇ ਆਰਮੀ ਦੇ ਇੱਕ ਤਾਂ ਵੀ ਸੱਟ ਲੱਗੀ ਆ, ਜਿਹੜੀ ਅਸੀਂ ਹੁਲੜਬਾਜ਼ੀ ਕੀਤੀ ਆ, ਕੋਈ ਹੁਲੜਬਾਜ਼ੀ ਨਹੀਂ ਕੀਤੀ, ਅਸੀਂ ਆਪਣੀ ਰਾਜ ਦੀ, ਦਿੱਲੀ ਰਾਜਧਾਨੀ ਆ ਸਾਡੇ ਦੇਸ਼ ਦੀ, ਅਸੀਂ ਉੱਥੇ ਜਾ ਰਹੇ ਹਾਂ, ਇਹਨਾਂ ਨੇ ਸਾਨੂੰ ਕੋਨੀ ਕੁੱਟ ਲਿਆ, ਫਿਰ ਕੀ ਹੋ ਗਿਆ, ਜੇ ਸਾਡੇ ਉੱਤੇ ਗੋਲੀਆਂ ਮਾਰਤੀਆਂ, ਬੰਬ ਸੁੱਟਤਾ, ਇਹਨਾਂ ਨੇ ਕੋਈ ਨਵੇਂ ਕਰਨਾ? ਜਿੱਦਣ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀਆਂ ਲੋਹਾਂ ਦੇ ਚੌਂਕੜੇ ਮਰਵਾਏ ਆ, ਇਹਨਾਂ ਲੋਕਾਂ ਨੇ ਮਰਵਾਏ ਸੀ, ਉਹੀ ਲੋਕ ਅੱਜ ਵੀ ਇਹ, ਅਤੇ ਸਾਡੀ ਉਹੀ ਆ, ਅਸੀਂ ਜਦੋਂ ਬੰਦ ਕੱਟੇ ਆ ਸਾਡੇ ਵੱਡੇ ਆ ਗੁਰੂ ਸਾਹਿਬ ਦੇ ਮਹਾਂਪੁਰਸ਼ ਬ੍ਰਹਮ ਗਿਆਨੀ ਮਨੀ ਸਿੰਘ ਕਰਕੇ, ਅਤੇ ਉੱਥੋਂ ਪੰਜਾਬ ਦੇ ਵਿੱਚ ਉਦੋਂ ਵੀ ਆਵਾਜ਼ ਉੱਠੀ ਸੀ, ਤਰਨ ਤਰਨ ਜ਼ਿਲ੍ਹੇ ਗੁਰੂ ਰਾਮਦਾਸ ਦੀ ਧਰਤੀ ਤੋਂ ਇਹ ਸੰਗਤ ਆਈ ਆ, ਇਹ ਪੰਧੇਰ ਹੋਣੀ ਵਿਗਣ ਵਾਲੇ ਬੰਦੇ ਨਹੀਂ ਆ, ਡੱਲੇਵਾਲ ਸਾਹਿਬ ਵਿਗਣ ਵਾਲਾ ਬੰਦਾ ਨਹੀਂ ਆ, ਅਸੀਂ ਅੰਗਰਾਹ ਸਾਹਿਬ ਗੜੀ ਸਾਰੀਆਂ ਜਥੇਬੰਦੀਆਂ ਜਿਹੜੀ ਹੱਥ ਜੋੜ ਕੇ ਬੇਨਤੀ ਕਰਦਾ ਪ੍ਰੋਗਰਾਮ ਰੱਖਿਆ ਨੇ 26 ਨੂੰ ਮਹਾਂਪੰਚਾਇਤ ਕਰਨ ਦਾ ਦਿੱਲੀ ਜਾ ਕੇ, ਉਹਨੂੰ ਕਿਵੇਂ? ਇਹ 26 ਤਾਂ ਲੰਘ ਗਈ ਆ ਜੀ, 26 ਤਰੀਕ ਲੰਘ ਗਈ, ਅਗਲੇ ਮਹੀਨੇ ਦੀ ਮਾਰਚ ਦੇ ਵਿੱਚ ਉਦੋਂ ਕੀ ਕਰਨਾ ਇਹਨਾਂ ਨੇ, ਉਦੋਂ ਕੀ ਕਰਨਾ, ਉਦੋਂ ਦੇ ਚੋਣ ਜਾਬਤਾ ਲੱਗਾ ਹੋਣਾ, ਉਦੋਂ ਦੇ ਇਹ ਟਾਈਮ ਲਗਾਉਂਦੇ ਆ, ਇਹਨਾਂ ਨੂੰ ਬਹੁਤ ਕੁੱਟ ਪੈ ਜਾਣੀ, ਮੈਂ ਮਜ਼ਾਕ ਨਹੀਂ ਕਰਨਾ, ਇਹਨਾਂ ਦੀਆਂ ਜਿੰਨੀਆਂ ਟੀਮਾਂ ਥੱਲੇ ਦੀਆਂ ਛੱਡ ਕੇ ਇਹਨਾਂ ਨੂੰ ਆ ਜਾਣਗੀਆਂ ਵਾ, ਬਸ ਜੇ ਕਿਤੇ ਨਾ ਸੁਧਰੇ, ਅਜੇ ਸੁਧਰ ਜੇ ਨਾ ਇਹ ਆਗੂ ਆ, ਅਸੀਂ ਵੀ ਇਹਨਾਂ ਨੂੰ ਆਗੂ ਮੰਨਣ ਨੂੰ ਤਿਆਰ ਆ ਜਾਣਾ, ਅਸੀਂ ਗਾੜੀ ਵੀ ਲਾ ਦਿੰਦੇ ਇਹਨਾਂ ਨੂੰ, ਬਹੁਤੀ ਖਲੋਜੋ, ਜੇ ਇਹਨਾਂ ਨੂੰ ਜ਼ਿਆਦਾ ਪੀੜ ਆ ਜਾਂ ਕਰ ਲਓ ਗੱਲ, ਜਾਂ ਮੈਂ ਪੰਧੇਰ ਸਾਹਿਬ ਦੀ ਜ਼ਿੰਮੇਵਾਰੀ ਲੈ ਲਈ ਨਾ, ਡੱਲੇਵਾਲ ਸਾਹਿਬ ਦੀ ਮੈਂ ਲਈ ਨਾ ਜ਼ਿੰਮੇਵਾਰੀ, ਅਸੀਂ ਪਿਛਾਹ ਹੋ ਜਾਂਦੇ ਹਾਂ, ਇਹ ਗਾੜੀ ਆਣ ਕੇ ਨਾ ਗੱਲ ਵੀ ਕਰ ਲੈਣਾ, ਕਰ ਲੈ ਕੋਈ ਕਰਨ ਦੀ ਘਰ ਬੈਠਿਆ ਨਹੀਂ, ਕੋਈ ਵੀ ਆਉਣਾ ਜੀ, ਇਹ ਲੜਾਈ ਨਾ ਜਿੱਤਣੇ ਮੋਰਚੇ, ਇਹ ਜਿੱਤੇ ਵੀ ਜਾਣਗੇ, ਪਰ ਤੁਸੀਂ ਜੇ ਨਾ ਵੀ ਆਏ, ਤੁਹਾਡੀ ਬਦਨਾਮੀ ਨਾ ਕਾਲਖ ਮੱਥੇ ਦੇ ਲਵਾਓ ਆਪਦੇ ਦੇ, ਆ ਜਾਓ ਮੈਦਾਨ ਦੇ ਵਿੱਚ, ਚੰਗੇ ਰਹੋਗੇ, ਆ ਜਾਓ, ਫਿਰ ਬੇਨਤੀ ਕਰਦਾ ਬਲਵੀਰ ਸਿੰਘ ਰਾਜੇ ਵਾਲਿਆ, ਆ ਜਾ ਚੰਗਾ ਰਹੇਗਾ, ਨਹੀਂ ਤੂੰ ਜੁੱਤੀ ਬਹੁਤ ਪਾਣੀ ਬਾਅਦ 'ਚ ਨਾ। ਬਿਲਕੁਲ, ਤਾਂ ਕਿਸਾਨ ਬਾਰਡਰ ਦੇ ਉੱਤੇ ਖੜ੍ਹੇ ਹੋਏ ਨੇ ਔਰ ਅਪੀਲ ਕਰ ਰਹੇ ਨੇ ਕਿਸਾਨ ਆਗੂਆਂ ਨੂੰ ਕਿ ਆ ਜਾਓ, ਆ ਕੇ ਇਕੱਠੇ ਇਹ ਮੋਰਚਾ ਲੜੋ, ਇਹ ਲੜਾਈ ਲੜੋ, ਕਿਉਂਕਿ ਏਕੇ ਦੇ ਵਿੱਚ ਹੀ ਬਲ ਹੈ, ਏਕੇ ਦੇ ਨਾਲ ਹੀ ਇਹ ਮੋਰਚਾ ਕਹਿੰਦੇ ਜਿੱਤਿਆ ਜਾਣਾ, ਇਕੱਲਾ ਕਿਸੇ ਡੱਲੇਵਾਲ ਦਾ ਪੰਧੇਰ ਦਾ ਮੋਰਚਾ ਨਹੀਂ ਹੈ, ਇਹ ਸਾਰੇ ਲੋਕਾਂ ਦਾ ਮੁੱਦਾ ਹੈ, ਕਿਸਾਨਾਂ ਦਾ ਮੁੱਦਾ ਹੈ, MSP ਦਾ ਮੁੱਦਾ ਹੈ, ਤੁਸੀਂ ਆਓ, ਆ ਕੇ ਨਾਲ ਸਾਥ ਦਿਓ। ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ, ਪ੍ਰੋ ਪੰਜਾਬ TV।